क्यों मुंडे रेडी हो? रेडी बाबा क्या? हाँ ऊपर रेडी हैं। हाँ भी जमा कर दे। हाँ भी रेडी जी रेडी। हाँ भी जमा दे रहा हूँ। जमा जमा बैठ जाने दे। जमा लाल में पहने मुंडे ने। हाँ जी छियारे ने मेरे लिए छाछरी के आले सो आज फिर मानसा दे बच पहुंचो नौजवान जिन्ने भी मेरे वीर भरा है सारे नु दसना चाहुंदे आ ਵੀ ਪਤਾ ਲੱਗ ਜੇ ਮੋਦੀ ਨੂੰ ਵੀ ਮਾਨਸਾ ਦੇ ਵਿੱਚ ਧਰਨਾ ਲੱਗਿਆ ਆਹੋ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਹੀ ਮੇਰੇ ਨੌਜਵਾਨ ਭਰਾਵਾਂ ਨੂੰ ਅੱਜ ਨੌਜਵਾਨਾਂ ਵੱਲੋਂ ਸਾਡੇ ਜਿਹੜਾ ਮਾਨਸਾ ਰੋਸ ਪ੍ਰਦਰਸ਼ਨ ਰੱਖਿਆ ਗਿਆ ਇੱਥੇ ਮੈਂ ਸਾਰੇ ਹੀ ਨੌਜਵਾਨ ਪਹੁੰਚ ਰਹੇ ਨੇਗੇ ਬਸ 10 ਵਜੇ ਜਿਹੜੀ ਕਾਰਵਾਈ ਸਟਾਰਟ ਹੋ ਜਾਣੀ ਅਸੀਂ ਪ੍ਰਬੰਧ ਕਰਵਾਈ ਨੇ ਸਭ ਤੋਂ ਪਹਿਲਾਂ ਜਿਹੜੇ ਪ੍ਰਬੰਧ ਕਰਾਉਣ ਵਾਲੇ ਨੇਗੇ ਤੇ ਬਾਕੀ ਜਿਹੜਾ ਅੱਜ ਦੀ ਇੱਥੋਂ ਜਿਹੜਾ ਮਾਨਸਾ ਤੋਂ ਜਿਹੜੀ ਆਵਾਜ਼ ਦਿੱਲੀ ਤੱਕ ਪਹੁੰਚੂਗੀ ਬਹੁਤ ਸਾਰੇ ਭਰਾਵਾਂ ਦੇ ਸਵਾਲ ਜਵਾਬ ਨੇ ਵੀ ਦਿੱਲੀ ਕਿਉਂ ਨਹੀਂ ਧਰਨਾ ਲਾ ਰਹੇ ਦੇਖੋ ਸਭ ਤੋਂ ਵੱਡੀ ਜਿਹੜੀ ਧਰਨਾ ਲਾਉਣ ਦੀ ਇੱਥੇ ਗੱਲ ਇਹ ਆ ਕਿਉਂਕਿ ਸਾਡੇ ਆਪਣੇ ਹੀ ਜਿਹੜੇ ਲੀਡਰ ਨੇਗੇ ਜਿਹੜੇ ਸਾਡੇ ਆਪ ਹੀ ਸਾਡੇ ਤੇ ਰਾਜ ਕਰਦੇ ਨੇ ਅਸੀਂ ਦਿੱਲੀ ਵਾਲਿਆਂ ਨੂੰ ਕੀ ਕਹੀਏ ਤਾਂ ਸਾਨੂੰ ਆਪ ਉੱਥੇ ਜਾ ਕੇ ਵੇਚ ਕੇ ਆਏ ਨੇਗੇ ਸਾਡੇ ਮੰਨ ਕੇ ਚੱਲ ਸੀਐਮ ਸਾਹਿਬ ਦੀ ਗੱਲ ਕਰ ਲਓ ਸੀਐਮ ਸਾਹਿਬ ਤਾਂ ਰਾਜ ਸਭਾ ਦੇ ਵਿੱਚ ਜਾ ਕੇ ਵੇਚ ਕੇ ਆਇਆ ਤੇ ਦੂਜੇ ਸਾਡੇ ਐਮਪੀਆਂ ਦੀ ਗੱਲ ਕਰ ਲਓ ਐਮਪੀ ਤਾਂ ਅਸੀਂ ਤਾਂ ਕਰਕੇ ਪਹਿਲਾਂ ਸਾਡੇ ਪੰਜਾਬ ਵਾਲਿਆਂ ਦੇ ਮੰਜੀ ਠੁੱਕਨੇ ਇਸ ਕਰਕੇ ਵੱਤਵਾ ਦੂਜੀ ਗੱਲ ਇਹਦੇ ਵਿੱਚ ਸਾਡੇ ਆਰਟਿਸਟ ਸਾਰੇ ਭਰਾ ਸਿੰਗਰ ਸਾਰੇ ਭਰਾ ਅਸੀਂ ਆਖਿਆ ਵੀ ਰਲ ਕੇ ਇੱਥੇ ਪ੍ਰੋਟੈਸਟ ਕਰਦੇ ਹਾਂ ਕਿਉਂਕਿ ਅੱਜ ਕੱਲ੍ਹ ਸਭ ਤੋਂ ਵੱਧ ਨੌਜਵਾਨਾਂ ਨੂੰ ਜਿਹੜਾ ਪਸੰਦ ਕਰਦੇ ਨੇਗੇ ਨੌਜਵਾਨ ਪਸੰਦ ਕਰਦੇ ਨੇ ਆਰਟਿਸਟਾਂ ਨੂੰ ਪਸੰਦ ਕਰਦੇ ਨੇ ਉਸ ਕਰਕੇ ਸਾਰਾ ਜਿਹੜਾ ਤੁਹਾਨੂੰ ਪ੍ਰਦਰਸ਼ਨ ਦਿਖਾਵਾਂਗੇ ਤੇ ਉਸਤਾਦ ਜੀ ਖੜੇ ਨੇ ਤੇ ਥੈਂਕ ਯੂ ਕਿ ਜੋ ਆਪਣੇ ਕਿਸਾਨਾਂ ਨਾਲ ਧੱਕਾ ਕੀਤਾ ਹੈ ਕਰਤਾ ਕਹਿੰਦੇ ਆ ਕਰਤਾ ਪਰ ਸਾਰਾ ਪੰਜਾਬ ਨਹੀਂ ਸਾਰਾ ਹਿੰਦੁਸਤਾਨ ਇਸ ਜੋ ਮਤਲਬ ਬਿੱਲ ਪਾਸ ਕੀਤਾ ਇਹਦੇ ਖਿਲਾਫ ਹੈ ਤੇ ਅਸੀਂ ਅੱਜ ਪਿੰਡ ਮੂਸੇ ਸਿੱਧੂ ਸਾਹਿਬ ਦੇ ਘਰੇ ਖੜੇ ਹਾਂ ਤੇ ਅਸੀਂ ਅੱਜ ਇੱਥੋਂ ਸਾਰੇ ਪਿੰਡ ਨੂੰ ਇਕੱਠਾ ਕਰਕੇ ਸਾਰੀਆਂ ਯੂਨੀਅਨਾਂ ਇਕੱਠੀਆਂ ਕਰਕੇ ਸਿੱਧੂ ਸਾਹਿਬ ਦੇ ਨਾਲ ਬਹੁਤ ਵੱਡਾ ਕਾਫਲਾ ਲੈ ਕੇ ਇੱਥੋਂ ਬਸ 9:30 ਦਾ ਤੁਰ ਰਹੇ ਹਾਂ ਗੁਰੂ ਸਾਹਿਬ ਦਾ ਨਾਮ ਲੈ ਕੇ ਗੁਰੂ ਨਾਨਕ ਦਾ ਨਾਮ ਲੈ ਕੇ ਜਾਣਾ ਮਰਾਂਗੇ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂ ਪ੍ਰਧਾਨ ਜੀ ਕਿਵੇਂ ਚੱਲ ਰਹੀਆਂ ਤਿਆਰੀਆਂ ਜਮਾ ਓਕੇ ਚੱਕ ਦੇਗਾ ਫੱਟੇ ਦੇਖ ਲਾ ਸਰੀਰ ਪੂਰਾ ਕੱਢ ਲੈ ਜਮਾ ਦੱਸ ਕੇ ਬਸ ਠੀਕ ਹੈ ਠੀਕ ਹੈ ਲਾ ਦੋ ਕੰਮ ਹੋ ਗਿਆ ਤੇਰਾ ਬਸ ਚੱਕ ਦੇ ਹੋ ਗਿਆ ਤੇਰਾ ਕੰਮ ਤਿਆਰ ਬਸ ਚੱਕ ਦੇ ਕੰਮ ਠੀਕ ਹੈ ਮੁੰਡਾ ਰੈਡੀ ਹੈ ਫੁੱਲ ਕਰੰਟ ਫੁੱਲ ਫੁੱਲ ਕੱਢ ਰਿਹਾ ਹਾਂਜੀ ਸਰਪੰਚ ਕਰੰਟ ਕੱਢ ਰਿਹਾ ਫਿਰ ਸਿੱਧੂ ਮੂਸੇ ਵਾਲਾ ਸਾਰੇ ਅਸੀਂ ਕੱਢ ਰਹੇ ਹਾਂ ਕਰੰਟ ਤੇ ਬਾਬੇ ਫਿਰ ਸਾਨੂੰ ਪਤਾ ਹੀ ਆ ਅੱਜ ਵੇਖੋ ਬਣਦਾ ਕੀ ਹੈ ਪੂਰੀ ਦੁਨੀਆ ਨੂੰ ਦੱਸ ਦਿਆਂਗੇ ਅੱਜ ਅਸੀਂ ਹਾਂਜੀ ਹਾਂਜੀ ਦੱਸ ਦੇਣਾ ਚਾਹੁੰਦੇ ਆ ਵੀ ਜੂਥ ਹੈ ਜਿਹੜਾ ਉਹੀ ਨਹੀਂ ਤੁਰਿਆ ਫਿਰਦਾ ਪੂਰੇ ਪੰਜਾਬ ਦਾ ਜੂਥ ਇੱਕ ਮੋਰੀ ਲੰਘਿਆ ਦੱਸ ਦਿਆਂਗੇ ਦੁਨੀਆ ਨੂੰ ਜੂਥ ਕੀ ਚੀਜ਼ ਹੈ ਦੁਨੀਆ ਹਿਲਾ ਦਿਆਂਗੇ ਦੁਨੀਆ ਜੂਥ ਗੱਲਾਂ ਫੋਟੋਆਂ ਕੇ ਪਾਉਣ ਵਾਲਾ ਨਹੀਂ ਹੈਗਾ ਠੀਕ ਹੈ ਜੀ ਠੀਕ ਫਿਰ ਉਹਦੀ ਗਲਤੀ ਯਾਰ ਹੁਣ ਮੈਂ ਕੀ ਕਰ ਸਕਦਾ ਜੀ ਯਾਰ ਹੁਣ ਭੈਣ ਤੋਂ ਮੇਰੇ ਕੋਲ ਇੰਨਾ ਟਾਈਮ ਕਿੱਥੋਂ ਆ ਸੈੱਟ ਆ ਜਾਵਾਂ ਗੱਡੀ ਦਾਣੇ ਤੇ ਘਾਟ ਬਾਤ ਤਾਂ ਨਹੀਂ ਕੋਈ ਚੱਕ ਦੇਗਾ ਫੱਟੇ ਠੀਕ ਹੈ ਨਾ ਆ ਗਈ ਤੇ ਤੇਰੀ 6 ਵਜੇ ਤੇ ਇੱਥੇ